ਤੁਸੀਂ ਇਦਾਂ ਦੀਆਂ ਰੀਲਾਂ ਬਹੁਤ ਦੇਖੀਆਂ ਹੋਣੀਆਂ ਇੰਸਟਾ ਤੇ ਟਿਕਟੋਕ ਤੇ 3 ਲੇਅਰਸ ਵਾਲੀਆਂ। ਟਿਕਟੋਕ ਤਾਂ ਚੱਲ ਬੈਨ ਹੋ ਗਿਆ ਬਟ ਆਪਾਂ ਫਿਰ ਵੀ ਚਲਾਈ ਜਾਂਦੇ ਆ। ਇਦਾਂ ਦੀਆਂ ਰੀਲਾਂ ਬਹੁਤ ਵਾਇਰਲ ਹੁੰਦੀਆਂ ਸੀ ਪਹਿਲੇ, ਹੁਣ ਵੀ ਹੁੰਦੀਆਂ ਹੈ। ਕਿਵੇਂ ਬਣਦੀਆਂ ਇਹ ਰੀਲਾਂ ਆਇਓ ਦੇਖਦੇ ਆ। ਇਹਦੇ ਲਈ ਸਭ ਤੋਂ ਪਹਿਲਾਂ ਆਪਾਂ ਆਪਣਾ VN ਐਪ ਓਪਨ ਕਰ ਲੈਣਾ। ਇਹਦੇ 'ਚ ਕਰਨਾ ਨਿਊ ਪ੍ਰੋਜੈਕਟ, ਨਿਊ ਪ੍ਰੋਜੈਕਟ ਲੈ ਲਿਆ। ਇੱਥੇ ਹੁਣ ਆਪਾਂ ਆਪਣੀ ਸਭ ਤੋਂ ਪਹਿਲੀ ਇੱਕ ਵੀਡੀਓ ਸਿਲੈਕਟ ਕਰਨੀ, ਹੋਰੀਜੈਂਟਲ ਹੋਵੇ ਦਾ ਧਿਆਨ ਰੱਖਿਓ। ਨੈਕਸਟ ਤੇ ਕਲਿੱਕ ਕਰ ਲਿਆ। ਇੱਥੇ ਉੱਪਰ ਉਹ ਓਰੀਜਨਲ ਲਿਖਿਆ, ਇਹਦੇ ਤੇ ਕਲਿੱਕ ਕਰਨਾ ਆਪਾਂ। 9x16 ਦਾ ਲੈ ਲੈਣਾ ਆਪਾਂ, ਰੀਅਲ ਸਾਈਜ਼ ਹੁੰਦਾ ਇਹ ਸਾਈਜ਼ ਲੈ ਲਿਆ, ਠੀਕ ਆ। ਹੁਣ ਆਪਾਂ ਕਰਨੀ ਵੀਡੀਓ ਸਿਲੈਕਟ ਤੇ ਇਹਨੂੰ ਫੜ ਕੇ ਕਰ ਦੇਣਾ ਛੋਟਾ, ਹੋ ਗਈ ਛੋਟੀ। ਇਹਨੂੰ ਕਰ ਦੇਣਾ ਸੈਂਟਰ ਤੇ, ਚਲਾ ਕੇ ਦਿਖਾਉਣਾ, ਚੱਲ ਪਈ। ਇਹਦੀ ਆਪਾਂ ਸੈਕਿੰਡ ਵੀਡੀਓ ਲੈਣੀ, ਸਿਲੈਕਟ ਕੀਤੀ ਸੈਕਿੰਡ ਵੀਡੀਓ, ਪ੍ਰੋਸੈਸਿੰਗ ਹੋ ਰਹੀ ਆ। ਇਹ ਆ ਗਈ ਸੈਕਿੰਡ ਵੀਡੀਓ, ਇਹਨੂੰ ਕਰ ਦੇਣਾ ਆਪਾਂ ਵੱਡੇ ਤੇ ਚੱਕ ਕੇ ਲੈ ਲੈਣਾ ਉਹ ਉੱਪਰ ਰੱਖ ਦੇਣਾ, ਠੀਕ ਆ। ਚਲਾ ਕੇ ਦਿਖਾਉਂਦਾ ਇਹਨੂੰ ਮੈਂ, ਠੀਕ ਆ। ਇਹਦੀ ਲੈਣੀ ਆਪਾਂ ਥਰਡ ਵੀਡੀਓ, ਥਰਡ ਵੀਡੀਓ ਲੈ ਲਈ, ਸਿਲੈਕਟ ਕਰ ਲਈ, ਪ੍ਰੋਸੈਸਿੰਗ ਪ੍ਰੋਸੈਸਿੰਗ ਆ ਗਈ ਥਰਡ। ਇਹਨੂੰ ਆਪਾਂ ਵੱਡੇ ਕਰਕੇ ਰੱਖ ਦੇਣਾ ਸਭ ਤੋਂ ਨੀਚੇ, ਆ ਚੱਕ ਬਣ ਗਈ ਵੀਡੀਓ। ਪਲੇ ਕਰਕੇ ਦਿਖਾਉਂਦਾ, ਆ ਚੱਕੋ, ਠੀਕ ਆ ਨਾ। ਹੁਣ ਜੇ ਆਪਾਂ ਇਹਦੇ ਕਲਰ ਕਰੈਕਸ਼ਨ ਸਹੀ ਕਰਨੇ ਹੋਵੇ, ਬ੍ਰਾਈਟਨੈਸ ਵਗੈਰਾ ਸੈੱਟ ਕਰਨੀ ਹੋਣ, ਥੱਲੇ ਫਿਲਟਰ ਲਿਖਿਆ ਉਹਦੇ ਤੇ ਕਲਿੱਕ ਕਰਨਾ, ਵੀਡੀਓ ਨੂੰ ਸਿਲੈਕਟ ਕਰਕੇ ਜਿਹੜੀ ਤੇ ਕਰਨੇ ਆਪਾਂ। ਇੱਥੇ ਇਹਦੇ ਬਾਈ ਡਿਫਾਲਟ ਆਪਣੇ ਫਿਲਟਰ ਹੁੰਦੇ ਆ, ਜੇ ਸਿਲੈਕਟ ਕਰਨੇ ਇਹ ਕਰ ਲਿਓ, ਜੇ ਆਪਣੀ ਕਰਨੀ ਆ ਫਿਰ ਜਾਣਾ ਆਪਾਂ ਐਡਜਸਟਮੈਂਟ ਤੇ। ਇੱਥੋਂ ਆਪਣੇ ਅਕੋਰਡਿੰਗ ਐਕਸਪੋਜ਼ਰ ਵਧਾ ਦੇਣਾ, ਕੰਟਰਾਸਟ ਬ੍ਰਾਈਟਨੈਸ ਤੁਸੀਂ ਦੇਖ ਲਿਓ, ਟੈਂਪਰੇਚਰ ਦੇਖ ਲਿਓ, ਮੀਂਹ ਪਾਉਣਾ ਕਿ ਧੁੱਪ ਰੱਖਣੀ ਹੈ, ਉਸ ਅਕੋਰਡਿੰਗ ਸੈੱਟ ਕਰ ਲਿਓ। ਉਹ ਤੋਂ ਬਾਅਦ ਕਰ ਦੇਣਾ ਓਕੇ ਤੇ ਕਲਿੱਕ, ਠੀਕ ਹੈ। ਇੱਦਾਂ ਜੇ ਸੈਕਿੰਡ ਵੀਡੀਓ ਚਲਾਉਣਾ, ਥਰਡ ਵੀਡੀਓ ਚਲਾਉਣਾ, ਉਹ ਸਿਲੈਕਟ ਕਰਕੇ ਆਪਾਂ ਲਾ ਸਕਦੇ ਹਾਂ। ਹੁਣ ਜੇ ਲਾਉਣੇ ਇਫੈਕਟ, ਫਿਰ ਜਾਣਾ ਆਪਾਂ ਐਫੈਕਟਸ ਤੇ, ਥੱਲੇ ਲਿਖਿਆ ਨਾ। ਇੱਥੇ ਵੀ ਕਈ ਇਫੈਕਟ ਹੈਗੇ ਹੈ, ਜਿੱਦਾਂ ਉਹ ਦੇਖੋ ਆ ਰਿਹਾ ਗੱਬੇ ਵਾਲਾ ਚੇਂਜ ਹੋ ਰਿਹਾ ਵਾ, ਸਿਲੈਕਟ ਕੀਤੀ ਸੀ ਗੱਬੇ ਵਾਲੀ ਵੀਡੀਓ, ਉਹ ਲਾ ਕੇ ਆਪਾਂ ਕਰ ਦੇਣੀ ਓਕੇ, ਬਟ ਮੈਂ ਨਹੀਂ ਲਾਉਣਾ, ਮੈਂ ਨਹੀਂ ਓਕੇ ਕਰਨਾ। ਇੱਦਾਂ ਜੇ ਕਰਨੀ ਹੋਵੇ ਆਪਾਂ ਵੀਡੀਓ ਦੀ ਸਪੀਡ ਚੇਂਜ, ਥੱਲੇ ਆਪਸ਼ਨ ਹੈਗਾ ਸਪੀਡ ਦਾ, ਇੱਥੇ ਕਲਿੱਕ ਕੀਤੀ, ਫਿਰ ਜਾਣਾ ਉੱਪਰ ਰੈਗੂਲਰ ਤੇ। ਜੇ ਸਪੀਡ ਘਟਾਉਣੀ ਹੋਵੇ ਇੱਧਰ ਨੂੰ ਲੈ ਜਾਣਾ ਆਪਾਂ, ਆ ਹੋ ਗਈ ਸਲੋ ਸਪੀਡ, ਤੇ ਜੇ ਸਪੀਡ ਵਧਾਉਣੀ ਹੋਵੇ ਫਿਰ ਜਾਣਾ ਆਪਾਂ ਇੱਧਰ ਨੂੰ, ਭੱਜੀ ਫਿਰਦੀ ਦੇਖੋ ਕਰਵ। ਇੱਥੇ ਜੇ ਕਰਵ ਤੇ ਜਾਵਾਂਗੇ ਆਪਾਂ, ਆਪਣੇ ਕੋਡਿੰਗ ਸੈੱਟ ਹੋਣੀ ਆ। ਉੱਪਰ ਨੂੰ ਕਰਾਂਗੇ ਆਪਾਂ ਇਹਨੂੰ ਗ੍ਰਾਫ ਜੇ ਨੂੰ, ਮਤਲਬ ਸਲੋ ਚੜ੍ਹਾਈ ਚੜ੍ਹਦੀ ਪਈ ਆ, ਤੇ ਜਦੋਂ ਥੱਲੇ ਵਾਲੀ ਆ ਮਤਲਬ ਤੇਜ਼ੀ ਨਾਲ ਉੱਤਰਦੀ ਪਈ ਆ। ਇਹ ਹੋ ਗਈ ਇਸ ਕੋਡਿੰਗ ਸੈੱਟ, ਦੇਖ ਲਿਓ ਆਪਣੇ ਕੋਡਿੰਗ ਕਿੱਦਾਂ ਕਰਨੀ ਆ, ਠੀਕ ਆ। ਉਹ ਤੋਂ ਬਾਅਦ ਲਾਸਟ ਵਿੱਚ ਜਾ ਕੇ ਸਾਰਿਆਂ ਨੂੰ ਆਪਾਂ ਬਰਾਬਰ ਕਰਕੇ ਟ੍ਰਿਮ ਕਰਕੇ, ਤੇ ਆ ਲਾਸਟ ਵਾਲੀ ਜਿਹੜੀ ਵੀਡੀਓ ਇਹਨੂੰ ਸਿਲੈਕਟ ਕਰਕੇ ਕਰ ਦੇਣਾ ਆਪਾਂ ਡਿਲੀਟ। ਆ ਬਣ ਗਈ ਸਾਡੀ ਵੀਡੀਓ, ਆ ਚੱਕ ਭੱਜੀ ਫਿਰਦੀ। ਉਹ ਤੋਂ ਬਾਅਦ ਕਰ ਲੈਣੀ ਆਪਾਂ ਐਕਸਪੋਰਟ, ਇਹ ਬਣ ਗਈ ਤੁਹਾਡੀ ਵੀਡੀਓ, ਬਣ ਗਈ। ਬਣਾ ਕੇ ਦੇਖੋ, ਕੋਈ ਪ੍ਰੋਬਲਮ ਆਉਂਦੀ ਆ ਪੁੱਛ ਜਿਓ ਆ ਕੇ ਕਮੈਂਟ, ਸਬਸਕ੍ਰਾਈਬ ਕਰ ਦਿਓ ਚੈਨਲ, ਅੱਗੇ ਵੀ ਹੋਰ ਬਹੁਤ ਵੀਡੀਓ ਆਉਣਗੀਆਂ ਵਧੀਆ ਵਧੀਆ ਇਫੈਕਟ ਜੇ ਸਿਖਾਉਂਗਾ। ਚਲੋ ਮਿਲਦੇ ਆ ਫਿਰ ਅਗਲੀ ਵੀਡੀਓ 'ਚ।